2 ਮਹੀਨਿਆਂ ਬਾਅਦ ਹੀ ਲਾੜੀ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਵਿਆਹ ਤੋਂ 1 ਮਹੀਨੇ ਦੇ ਅੰਦਰ ਪਹਿਲਾਂ ਲਾੜੀ 7 ਦਿਨ ਤੱਕ ਗਾਇਬ ਰਹੀ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਸਮਝੌਤਾ ਕਰਕੇ ਉਸ ਨੂੰ ਲਿਆਂਦਾ ਗਿਆ ਸੀ, ਪਰ ਹੁਣ ਇੱਕ ਵਾਰ ਫੇਰ ਤੋਂ ਲਾੜੀ ਜੋ ਹੈ ਉਹ ਫਰਾਰ ਹੋਈ ਹੈ। ਕਿਹਾ ਜਾ ਰਿਹਾ ਹੈ ਕਿ 3 ਲੱਖ ਰੁਪਏ ਦੇ ਗਹਿਣੇ ਅਤੇ 1.25 ਲੱਖ ਰੁਪਏ ਕੈਸ਼ ਚੱਕ ਕੇ ਉਹ ਫਰਾਰ ਹੋਈ ਹੈ। ਤਾਂ ਮਾਮਲਾ ਰਿਵਾੜੀ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਲੜਕੇ ਦਾ ਵਿਆਹ 28 ਨਵੰਬਰ 2023 ਨੂੰ ਹੋਇਆ ਸੀ, ਪਰ ਕਿਹਾ ਜਾ ਰਿਹਾ ਕਿ ਵਿਆਹ ਤੋਂ ਬਾਅਦ ਹੀ ਲਾੜਾ ਅਤੇ ਲਾੜੀ ਦੇ ਵਿਚਕਾਰ ਸੰਬੰਧ ਠੀਕ ਨਹੀਂ ਸਨ, ਜਿਸ ਤੋਂ ਬਾਅਦ ਜੋ ਲਾੜੀ ਸੀ ਉਹ ਪਹਿਲਾਂ ਤਾਂ 1 ਹਫ਼ਤੇ ਲਈ ਘਰੋਂ ਗਾਇਬ ਹੁੰਦੀ ਹੈ ਅਤੇ ਮੁਸ਼ਕਿਲ ਨਾਲ ਮਨਾ ਕੇ ਉਸ ਨੂੰ ਘਰ ਲੈ ਕੇ ਆਇਆ ਜਾਂਦਾ, ਪਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਸਭ ਕੁਝ ਠੀਕ ਹੋਣ ਲੱਗਦਾ ਤਾਂ ਇੱਕ ਵਾਰ ਫਿਰ ਤੋਂ ਲਾੜੀ ਹੁਣ 1.25 ਲੱਖ ਰੁਪਏ ਕੈਸ਼ ਅਤੇ 3 ਲੱਖ ਰੁਪਏ ਦੇ ਗਹਿਣੇ ਲੈ ਕੇ ਮੌਕੇ ਤੋਂ ਫਰਾਰ ਹੋ ਗਈ ਹੈ। ਫਿਲਹਾਲ ਪੀੜਿਤ ਪਰਿਵਾਰ ਦੇ ਵੱਲੋਂ ਇਸ ਦੀ ਸ਼ਿਕਾਇਤ ਹੁਣ ਪੁਲਿਸ ਨੂੰ ਵੀ ਦਿੱਤੀ ਗਈ ਹੈ ਤੇ ਲਾੜੀ ਦੀ ਤਲਾਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਲਾੜੀ ਦੇ ਫਰਾਰ ਹੋਣ ਦੀ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਲਾੜੀ ਨੂੰ ਬਾਈਕ ਦੇ ਉੱਤੇ ਸ਼ਰੇਆਮ ਫਰਾਰ ਹੁੰਦੇ ਦੇਖਿਆ ਜਾ ਸਕਦਾ ਹੈ। ਪਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੁਣ ਪੁਲਿਸ ਪ੍ਰਸ਼ਾਸਨ ਦੇ ਅੱਗੇ ਹੀ ਗੁਹਾਰ ਲਗਾਈ ਜਾ ਰਹੀ ਹੈ। ਕਿਹਾ ਜਾ ਰਿਹਾ ਕਿ ਜੋ ਲਾੜੀ ਸੀ ਉਸਦੇ ਕਿਸੇ ਦੇ ਨਾਲ ਪ੍ਰੇਮ ਸੰਬੰਧ ਵੀ ਨੇ। ਦੋ ਮਹੀਨਿਆਂ ਬਾਅਦ ਹੀ ਲਾੜੀ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਵਿਆਹ ਤੋਂ 1 ਮਹੀਨੇ ਦੇ ਅੰਦਰ ਪਹਿਲਾਂ ਲਾੜੀ 7 ਦਿਨ ਤੱਕ ਗਾਇਬ ਰਹੀ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਸਮਝੌਤਾ ਕਰਕੇ ਉਸ ਨੂੰ ਲਿਆਂਦਾ ਗਿਆ ਸੀ, ਪਰ ਹੁਣ ਇੱਕ ਵਾਰ ਫਿਰ ਤੋਂ ਲਾੜੀ ਜੋ ਹੈ ਉਹ ਫਰਾਰ ਹੋਈ ਹੈ। ਕਿਹਾ ਜਾ ਰਿਹਾ ਹੈ ਕਿ 3 ਲੱਖ ਰੁਪਏ ਦੇ ਗਹਿਣੇ ਅਤੇ 1.25 ਲੱਖ ਰੁਪਏ ਕੈਸ਼ ਚੱਕ ਕੇ ਉਹ ਫਰਾਰ ਹੋਈ ਹੈ। ਤਾਂ ਮਾਮਲਾ ਰਿਵਾੜੀ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਲੜਕੇ ਦਾ ਵਿਆਹ 28 ਨਵੰਬਰ 2023 ਨੂੰ ਹੋਇਆ ਸੀ, ਪਰ ਕਿਹਾ ਜਾ ਰਿਹਾ ਕਿ ਵਿਆਹ ਤੋਂ ਬਾਅਦ ਹੀ ਲਾੜਾ ਅਤੇ ਲਾੜੀ ਦੇ ਵਿਚਕਾਰ ਸੰਬੰਧ ਠੀਕ ਨਹੀਂ ਸਨ, ਜਿਸ ਤੋਂ ਬਾਅਦ ਜੋ ਲਾੜੀ ਸੀ ਉਹ ਪਹਿਲਾਂ ਤਾਂ 1 ਹਫ਼ਤੇ ਲਈ ਘਰੋਂ ਗਾਇਬ ਹੁੰਦੀ ਹੈ ਅਤੇ ਮੁਸ਼ਕਿਲ ਨਾਲ ਮਨਾ ਕੇ ਉਸ ਨੂੰ ਘਰ ਲੈ ਕੇ ਆਇਆ ਜਾਂਦਾ, ਪਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਸਭ ਕੁਝ ਠੀਕ ਹੋਣ ਲੱਗਦਾ ਤਾਂ ਇੱਕ ਵਾਰ ਫਿਰ ਤੋਂ ਲਾੜੀ ਹੁਣ 1.25 ਲੱਖ ਰੁਪਏ ਕੈਸ਼ ਅਤੇ 3 ਲੱਖ ਰੁਪਏ ਦੇ ਗਹਿਣੇ ਲੈ ਕੇ ਮੌਕੇ ਤੋਂ ਫਰਾਰ ਹੋ ਗਈ ਹੈ। ਫਿਲਹਾਲ ਪੀੜਿਤ ਪਰਿਵਾਰ ਦੇ ਵੱਲੋਂ ਇਸ ਦੀ ਸ਼ਿਕਾਇਤ ਹੁਣ ਪੁਲਿਸ ਨੂੰ ਵੀ ਦਿੱਤੀ ਗਈ ਹੈ ਤੇ ਲਾੜੀ ਦੀ ਤਲਾਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਲਾੜੀ ਦੇ ਫਰਾਰ ਹੋਣ ਦੀ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਲਾੜੀ ਨੂੰ ਬਾਈਕ ਦੇ ਉੱਤੇ ਸ਼ਰੇਆਮ ਫਰਾਰ ਹੁੰਦੇ ਦੇਖਿਆ ਜਾ ਸਕਦਾ ਹੈ। ਪਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੁਣ ਪੁਲਿਸ ਪ੍ਰਸ਼ਾਸਨ ਦੇ ਅੱਗੇ ਹੀ ਗੁਹਾਰ ਲਗਾਈ ਜਾ ਰਹੀ ਹੈ। ਕਿਹਾ ਜਾ ਰਿਹਾ ਕਿ ਜੋ ਲਾੜੀ ਸੀ ਉਸਦੇ ਕਿਸੇ ਦੇ ਨਾਲ ਪ੍ਰੇਮ ਸੰਬੰਧ ਵੀ ਨੇ। ਦੋ ਮਹੀਨਿਆਂ ਬਾਅਦ ਹੀ ਲਾੜੀ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਵਿਆਹ ਤੋਂ 1 ਮਹੀਨੇ ਦੇ ਅੰਦਰ ਪਹਿਲਾਂ ਲਾੜੀ 7 ਦਿਨ ਤੱਕ ਗਾਇਬ ਰਹੀ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਸਮਝੌਤਾ ਕਰਕੇ ਉਸ ਨੂੰ ਲਿਆਂਦਾ ਗਿਆ ਸੀ, ਪਰ ਹੁਣ ਇੱਕ ਵਾਰ ਫਿਰ ਤੋਂ ਲਾੜੀ ਜੋ ਹੈ ਉਹ ਫਰਾਰ ਹੋਈ ਹੈ। ਕਿਹਾ ਜਾ ਰਿਹਾ ਹੈ ਕਿ 3 ਲੱਖ ਰੁਪਏ ਦੇ ਗਹਿਣੇ ਅਤੇ 1.25 ਲੱਖ ਰੁਪਏ ਕੈਸ਼ ਚੱਕ ਕੇ ਉਹ ਫਰਾਰ ਹੋਈ ਹੈ। ਤਾਂ ਮਾਮਲਾ ਰਿਵਾੜੀ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਲੜਕੇ ਦਾ ਵਿਆਹ 28 ਨਵੰਬਰ 2023 ਨੂੰ ਹੋਇਆ ਸੀ, ਪਰ ਕਿਹਾ ਜਾ ਰਿਹਾ ਕਿ ਵਿਆਹ ਤੋਂ ਬਾਅਦ ਹੀ ਲਾੜਾ ਅਤੇ ਲਾੜੀ ਦੇ ਵਿਚਕਾਰ ਸੰਬੰਧ ਠੀਕ ਨਹੀਂ ਸਨ, ਜਿਸ ਤੋਂ ਬਾਅਦ ਜੋ ਲਾੜੀ ਸੀ ਉਹ ਪਹਿਲਾਂ ਤਾਂ 1 ਹਫ਼ਤੇ ਲਈ ਘਰੋਂ ਗਾਇਬ ਹੁੰਦੀ ਹੈ ਅਤੇ ਮੁਸ਼ਕਿਲ ਨਾਲ ਮਨਾ ਕੇ ਉਸ ਨੂੰ ਘਰ ਲੈ ਕੇ ਆਇਆ ਜਾਂਦਾ, ਪਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਸਭ ਕੁਝ ਠੀਕ ਹੋਣ ਲੱਗਦਾ ਤਾਂ ਇੱਕ ਵਾਰ ਫਿਰ ਤੋਂ ਲਾੜੀ ਹੁਣ 1.25 ਲੱਖ ਰੁਪਏ ਕੈਸ਼ ਅਤੇ 3 ਲੱਖ ਰੁਪਏ ਦੇ ਗਹਿਣੇ ਲੈ ਕੇ ਮੌਕੇ ਤੋਂ ਫਰਾਰ ਹੋ ਗਈ ਹੈ। ਫਿਲਹਾਲ ਪੀੜਿਤ ਪਰਿਵਾਰ ਦੇ ਵੱਲੋਂ ਇਸ ਦੀ ਸ਼ਿਕਾਇਤ ਹੁਣ ਪੁਲਿਸ ਨੂੰ ਵੀ ਦਿੱਤੀ ਗਈ ਹੈ ਤੇ ਲਾੜੀ ਦੀ ਤਲਾਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਲਾੜੀ ਦੇ ਫਰਾਰ ਹੋਣ ਦੀ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਲਾੜੀ ਨੂੰ ਬਾਈਕ ਦੇ ਉੱਤੇ ਸ਼ਰੇਆਮ
ਫਰਾਰ ਹੁੰਦੇ ਦੇਖਿਆ ਜਾ ਸਕਦਾ ਹੈ। ਪਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੁਣ ਪੁਲਿਸ ਪ੍ਰਸ਼ਾਸਨ ਦੇ ਅੱਗੇ ਹੀ ਗੁਹਾਰ ਲਗਾਈ ਜਾ ਰਹੀ ਹੈ। ਕਿਹਾ ਜਾ ਰਿਹਾ ਕਿ ਜੋ ਲਾੜੀ ਸੀ ਉਸਦੇ ਕਿਸੇ ਦੇ ਨਾਲ ਪ੍ਰੇਮ ਸੰਬੰਧ ਵੀ ਨਹੀਂ।